ਜਿੱਦਾਂ ਗੱਲ ਹੋਈ ਸੀ ਕਿ ਆਪਾਂ ਅੰਮ੍ਰਿਤਸਰ ਜਾਣਾ ਅੱਜ ਰਾਤ ਨੂੰ, ਸੋ ਆਪਾਂ ਹੁਣ ਬਸ ਤਿਆਰੀ 'ਚ ਹਾਂ, ਚੇਂਜ ਕਰ ਲਈਏ, ਠੰਡ ਬਹੁਤ ਆ ਬਾਹਰ, ਮੌਸਮ ਠੰਡਾ, ਸੋ ਆਪਾਂ ਨਿਕਲਣ ਲੱਗੇ ਹਾਂ, ਸੋ ਕਰਾਂਗੇ ਹੁਣ ਨਵੀਆਂ ਗੱਲਾਂ ਨਵੇਂ ਵਲੌਗ 'ਤੇ ਨਵੀਂ ਲੋਕੇਸ਼ਨਾਂ 'ਤੇ। ਸਤਿ ਸ਼੍ਰੀ ਅਕਾਲ। ਸੋ ਬਾਹਰ ਦਾ ਮੌਸਮ ਬਾਹਲਾ ਠੰਡਾ ਸੀਗਾ, ਸੋ ਆਪਾਂ ਸਾਰਿਆਂ ਦੇ ਟਰੈਕ ਸੂਟ ਪਾ ਲਿਆ, ਸਾਡਾ ਇੱਕ ਚੋਟੀ ਵਾਲਾ ਇਹ ਖੜਿਆ, ਅੱਧੀ ਬਾਹਾਂ ਦੀ ਟੀ ਸ਼ਰਟ ਅਤੇ ਥੱਲੇ ਚੱਪਲਾਂ ਵਾਇਆ, ਲੱਗ ਜੂਗਾ ਪਤਾ ਹੁਣ ਜਿਹੜੇ ਭਾਅ ਵਿਕੂਗੀ। ਪਰਨੇ ਬਣੀ ਗਏ ਆ ਅਤੇ ਹੁਣ ਲੈਂਟਰ ਲੈਂਟਰ ਰਹਿ ਗਏ ਆ, ਹੈ ਨਾ, ਇਹਨਾਂ ਨੂੰ ਵੀ ਕਰ ਲਈਏ ਕਵਰ ਅਤੇ ਨਿਕਲੀਏ। ਆ ਪਿੱਛੇ ਅਰਸ਼ਵਿੰਦਰ ਮਾਵਾ ਜੀ ਵੀ ਤਿਆਰ ਕਰੀਏ, ਤਿਆਰ ਹੋ ਰਹੇ ਨੇ। ਕਹਿੰਦੇ ਬਈ ਇੱਕ ਆ ਸਾਡਾ ਹਫਸ਼ੀ ਨਹੀਂ ਜਾ ਰਿਹਾ, ਕਹਿੰਦਾ ਬਈ ਮੈਂ ਨਹੀਂ ਜਾਣਾ, ਮੈਂ ਵਿਆਹ ਖਾਣਾ। ਇਹ ਬੰਦਾ ਖਾਣ ਪਿੱਛੇ ਹਿਸਾਬ ਲਾ ਲਓ, ਬਾਬੇ ਦੇ ਘਰ ਨੂੰ ਵੀ ਛੱਡ ਦਿੰਦਾ, ਐਸਾ ਐਸਾ ਬੰਦਾ ਇਹ। ਉਹ ਜੀ ਆਪਾਂ ਰੈਡੀ ਹਾਂ ਅਤੇ ਇੱਕ ਬੰਦਾ ਆਪਾਂ ਚੁੱਕਣਾ ਆਪਣੇ ਇਲਾਕੇ 'ਤੇ, ਬਰਾਸ ਪਿੰਡ ਆ ਉੱਥੋਂ, ਅਤੇ ਉਹ ਆਉਂਦਾ ਵੀ ਮੈਂ ਵਰਤ ਸੀਗਾ ਅੱਜ ਕਹਿੰਦੇ ਕਰਵਾ ਚੌਥ ਦਾ, ਹੈ ਨਾ, ਅਤੇ ਉਹ ਕਹਿੰਦਾ ਵੀ ਮੈਂ ਪਹਿਲਾਂ ਆਪਣੀ ਜਨਾਨੀ ਨੂੰ ਚੰਨ ਵਿਖਾਉਣਾ ਅਤੇ ਫਿਰ ਜਾਣਾ ਮੈਂ। ਚੱਲ ਬਈ ਕੋਈ ਨਾ, ਹੈ ਨਾ, ਉਹ ਵੀ ਜ਼ਰੂਰੀ ਆ ਤੇਰੇ ਅਫਸ਼ੀਆ। ਅੱਜ ਲੋਕਾਂ ਨੇ ਕਹਿ ਦਿੱਤਾ ਸੀ ਵੀ ਚੰਨ ਨਹੀਂ ਨਿਕਲਣਾ, ਪਰ ਅਸੀਂ ਬਾਬੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਵੀ ਫਟਾਫਟ ਚੰਨ ਨੂੰ ਲਿਆਊਗਾ, ਤੇ ਅਸੀਂ ਸਾਡੇ ਨਾਲ ਦੋ ਦਰਬਾਰ ਸਾਹਿਬ ਜਾਣ ਵਾਸਤੇ ਤਿਆਰ ਵਾਲੇ ਹੈਗੇ ਆ। ਹਾਂਜੀ, ਤੂੰ ਮਗਰੋਂ ਲੈ ਜਾ। ਸੋ ਚੱਲੇ ਆ ਜੀ ਆਪਾਂ ਹੁਣ ਦਰਬਾਰ ਸਾਹਿਬ ਲਈ ਨਿਕਲਣ ਲੱਗੇ ਆ, ਤੇ ਮੇਰੇ ਨਾਲ ਗੱਡੀ ਆਪਣੀ ਤਿਆਰ ਹੈ, ਹੈ ਨਾ, 38 ਬਾਈ। ਕਿਹਦਾ ਬਾਈ? ਸਾਰਿਆਂ ਦਾ ਬਾਈ, ਇੱਕ ਆ ਹਫਸ਼ੀ ਸਾਡਾ ਅਤੇ ਆਪਣਾ ਇਹ ਚੋਟੀ ਵਾਲਾ ਕੀ ਕਰਦਾ ਪਤਾ ਨਹੀਂ, ਕੀ ਕਰੀ ਜਾਂਦਾ ਇਹ, ਹੈ ਨਾ। ਸੋ ਚੰਗਾ ਬਾਈ, ਹਫਸ਼ੀਆ ਧਿਆਨ ਰੱਖੀ ਆਪਣਾ, ਓਕੇ, ਚੰਗਾ ਫਿਰ। ਆਪਾਂ ਰੈਡੀ, ਆਪਾਂ ਨਿਕਲਣ ਲੱਗੇ ਹੀ, ਇਹ ਆਪਣਾ ਆਫਿਸ, ਆਫਿਸ ਦੇ ਬਾਹਰ ਪਤਾ ਨਹੀਂ ਕੌਣ ਬੈਠਾ, ਅਤੇ ਆਪਾਂ ਜੀ ਨਾਲ ਸਾਡੇ ਚੋਟੀ ਵਾਲਾ ਅਤੇ ਅਰਸ਼ਵਿੰਦਰ ਮਾਮਾ ਜੀ, ਆ ਸਾਡਾ ਚੋਟੀ ਵਾਲਾ, ਹੈ ਨਾ। ਮੰਥ ਐਂਡ 'ਤੇ ਆਪਾਂ ਹਰ ਵਾਰੀ ਜਾਂਦੇ ਹਾਂ, ਸੋ ਇਸ ਵਾਰੀ ਫਿਰ ਜਾ ਰਹੇ ਹਾਂ, ਸੋ ਕਿਰਪਾ ਕਰਨ ਗੁਰੂ ਸਾਹਿਬ। ਅਤੇ ਇੱਕ ਆ ਸਾਡੇ ਨਾਲ ਆਇਆ ਕਰੋਨਾ ਦਾ ਮਰੀਜ਼, ਅਤੇ ਬਚ ਕੇ ਰਿਹਾ ਬਾਈ, ਇਹਦੇ ਤੋਂ ਕੰਬਲੀ ਲੈ ਗਿਆ ਆਪਣੇ ਦਾਦੇ ਦੀ, ਉੱਪਰ ਉੱਪਰ ਕੰਬਲੀ ਹੈ, ਉੱਪਰ ਕੰਬਲੀ ਹੈ, ਥੱਲੇ ਚੱਪਲਾਂ ਨਾਲ ਜਰਾਬਾ ਪਾਈ ਫਿਰਦਾ, ਇਹਨੂੰ ਚਟੂਬਾ ਲਵਾਉਣਾ ਤੇ ਇਹਦਾ ਕਰੋਨਾ ਅਸੀਂ ਭਜਾਉਣਾ, ਤੇ ਨਾਲ ਇਹਦੇ ਆਪਾਂ ਬਹਾਤਾ ਚੋਟੀ ਵਾਲਾ, ਤੇ ਵਧੀਆ ਵਧੀਆ। ਅੱਧ 'ਚ ਜੇ ਆ ਕੇ ਸਾਨੂੰ ਹੁਣ ਲੱਗ ਗਈ ਭੁੱਖ, ਅੱਧ 'ਚ ਵੀ ਨਹੀਂ, ਬਸ 10 ਕੁ ਕਿਲੋਮੀਟਰ ਟੁਰੇ ਸੀਗੇ, ਰਾਤ ਹੋ ਗਈ, ਹੈ ਨਾ। ਸੋ ਰੋਟੀ ਖਾਣ ਲਈ ਆਪਾਂ ਡੋਸਾ ਪਲਾਜ਼ਾ ਅਤੇ ਤੰਦੂਰੀ ਚਾਹ ਦਾ ਸਪੈਸ਼ਲ ਅਰੇਂਜਮੈਂਟ ਆ ਬਾਈ ਕੋਲ, ਸੋ ਜਾ ਕੇ ਦੇਖਦੇ ਹਾਂ ਹੁਣ ਕਿੱਦਾਂ। ਹੋਰ ਬਈ ਕਰੋਨਾ ਕਿੱਦਾਂ ਫਿਰ? ਠੀਕ ਹੈ। ਲੇਟ ਨਾਈਟ ਡੋਸਾ ਟੇਸਟ ਕਰਨਾ ਆ ਕਰੋਨਾ, ਕਰੋਨਾ ਮਰੀਜ਼ ਵਿਚਾਰਾ ਸਾਡਾ। ਹਾਂਜੀ, ਕਿੱਦਾਂ ਜੀ ਟੇਸਟ ਕਿੱਦਾਂ? ਸੋ ਵਧੀਆ ਚਾਹ ਦੇ ਵਧੀਆ ਨਜ਼ਾਰੇ, ਹੈ ਨਾ, ਅਤੇ ਆ ਸਾਡਾ ਕਰੋਨਾ ਕਿੱਥੇ ਰਹਿ ਗਿਆ? ਹੋਰ ਬਈ ਕਰੋਨਾ ਕਿੱਦਾਂ? ਤੂੰ ਹੈਗਾ ਨਾ ਕਿਸੇ ਦੀ ਤਰੋਟ, ਰਾਤ ਨੂੰ ਚਾਹ ਪੀ ਕੇ ਟੁੱਟਦੀ ਹੈ ਅਤੇ ਨੀਂਦ ਆ ਰਹੀ ਸੀਗੀ, ਸੋ ਰੈੱਡ ਬੁੱਲ ਟੇਸਟ ਕਰਨ ਲੱਗੇ ਹਾਂ ਵੀ ਕਿੱਦਾਂ ਅਸਰ ਕਰਦੀ ਹੈ, ਬਟ ਇਸ ਬੰਦੇ ਦੀ ਸਮਝ ਨਹੀਂ ਆ ਰਹੀ ਇਹਨੂੰ ਕੀ ਦਈਏ। ਚੋਟੀ ਵਾਲਾ ਅੱਜ ਤੇ ਇਹ ਵੀ ਸੋ ਕੇ ਆਇਆ, ਅੱਗੇ ਇਹ ਨਹੀਂ ਸੋਂਦਾ ਹੁੰਦਾ। ਗੁੱਡ ਮਾਰਨਿੰਗ ਜੀ, ਟਾਈਮ ਲਾਗੇ ਲੱਗਦਾ ਜਾ ਰਿਹਾ, ਲਗਭਗ ਹੋ ਗਿਆ ਜੀ ਟਾਈਮ ਆਪਣਾ 4:06, ਸੋ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਦੇ ਬਹੁਤ ਨੇੜੇ, ਤੇ ਸਟੋਪ ਕਰਿਆ ਅਸੀਂ 2 ਕੁ ਮਿੰਟ ਲਈ ਫੌਜੀ ਦੇ ਢਾਬੇ, ਫੌਜੀ ਦਾ ਢਾਬਾ, ਤੇ ਆ ਫੌਜੀ ਦੇਖੋ ਹੱਸਦਾ ਦੇ ਮੁੰਡਾ, ਹਾਂ ਕਿਆ ਬਾਤ ਹੈ। ਇੱਕ ਆ ਸਾਡਾ ਕਰੋਨਾ ਵਧੀਆ ਚਾਹ ਪੀ ਰਿਹਾ ਨਾਲ ਬਿਸਕੁਟ, ਆਹਦਾ ਗੁੱਡੇ ਦੇ ਬਿਸਕੁਟ ਖਾਣੇ ਨੇ ਘਰ, ਭਾਵੇਂ ਸਾਲੇ ਆਟੇ ਵਾਲੇ ਨਾ ਖਾਧੇ ਹੋਣ। ਠੰਡ ਲੱਗਦੀ ਆ ਹੁਣ ਇਹਨੂੰ, ਆਹ ਦੇਖੋ ਆਕੜਿਆ ਖੜਾ, ਆਹ ਦੇਖੋ ਆਹ ਥੱਲੋਂ ਲੱਤਾਂ ਦੇਖੋ ਇਹਦੀਆਂ ਮੁੜਦੀਆਂ ਹੁਣ ਠੰਡ ਕਰਕੇ।
20 किलोमीटर कह रहे भी दरबार साहब 20 किलोमीटर रह गया है ना। चंगा भी फौजी चली आप एंटर करके अमृतसर साहब ते सामने तुसी देख रहे हो एंट्री गेट जो कि बहुत ही मतलब बढ़िया लुक बढ़िया व्यू है ना। धन गुरु रामदास महाराज नली दरबार साहब पार्किंग दे अंदर गड्डी पार्क करके होटल ट्राई करते हैं रूम लभदे हैं रेस्ट करते हैं मॉर्निंग मिलांगे। ओके जी गुड नाइट दर्शन करो जी दरबार साहब स्टार्टअप एरिया ते आ सारी बिल्डिंग्स मार्केट है ना बहुत सोहना व्यू। फाइनली चोटी वाला ठंड ना ठर रहा एक साडा कोरोना का मजीद मरीज वो रह गया पीछे सारा एरिया है ना बहुत वधिया व्यू संगत दर्शन करके वापस आंदिया हुई आपा जा रहे हैं। सो बड़ा अच्छा मतलब आके मन बहुत ज़्यादा शांति मिलती है ना। गुड मॉर्निंग जी सारियां नूं। सो दिन चढ़ गया बाहर मौसम इज ऑसम पिया साडे वाले मैं कह रहा भाई उठ के नहा लो दर्शन मेले कर आईए ते आ वेख लो हुण वायरस कल सुत्ता आया अज फोन नहीं छड रहा है तो पिछे चोटी वाला आंदा मैं ना लिया जींस पा के बैठा तड़के ही आंदा भी चलो मेरे वालों कोई दिक्कत नहीं इन तो रेडी हो गए जी आपां दरबार साहब दर्शन मेले करन चले हैं। सो दर्शन मेले करके नाल तुहानू भी दर्शन करावांगे ते इस ब्लॉग नू इत्थे खत्म करांगे नैक्सट ब्लॉग शुरू करांगे अंबरसर दा ही क्योंकि अज असी सिर्फ खाण पीण ते जोर रखना। सो वधिया वधिया लोकेशन वधिया वधिया खाने पीने पहले दर्शन कर लिए फिर हाँ जी हाँ जी बिल्कुल 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 आपां निकल गए हैं जी दर्शन मेले करन लई। सो संगतां दा हड़ मार्केट दे अंदर दर्शन मेले करन नू देखो बहुत सारी संगत आउंदी है ना ते बहुत तनो मनो है ना संगत आ के गुरु साहब दे नाल हाजरियां लवाउंदी है ते अगे हुण आपां जा के दर्शन मेले करने आ। दर्शन मेले करन तो बाद गुरु साहब दे हुण टाइम हो गया सीगा पेट पूजा दा है ना ते जदों भी वीरे अमृतसर आओ मैं तुहानू एडवाइस करूँगा भरावां दा ढाबा घोड़ा चौक तो बिल्कुल सीधा तुसी सामने टक्कर ते है बहुत वधिया टेस्ट है ते सर्विस भी बहुत अच्छी दिंदे ने ते हिमांशु भाजी किद्दां वीरे सब्जी किद्दां हां काशु किद्दां वधिया ना हां जी किद्दां लगा मैं डोसे दा टेस्ट किद्दां बहुत ही वधिया अमृतसर विच जिन्नी इन्नी देर हो गई है ना रूम ते जाके थोड़ा जिहा रेस्ट करांगे बस कॉफी दी वेट है भी इह मुकदी है तां आपां चलदे आ। सो हुण आपां खाणा पीना हो गया सीगा नींद पूरी हो गई सो इवनिंग टाइम ते फिर निकलिया जी घूमण फिरन लई। सो प्लानिंग बनाई है कि भी 0 degree जाके कुछ होर टेस्ट करिए वधिया है ना ते आ तुसी देख सकते हो अमृतसर दी मार्केट ते साडा चोटी आ बहुत ध्यान नाल देख रहा है ते आ साडा करोना वायरस। सो दियो जी इजाजत
ਮਿਲਦੇ ਹਾਂ ਨੈਕਸਟ ਬਲੌਗ ਦੇ ਅੰਦਰ ਜ਼ੀਰੋ ਡਿਗਰੀ ਦੇ, ਕਿੱਦਾਂ ਦਾ ਟੇਸਟ, ਕਿੱਦਾਂ ਦਾ ਕੀ ਕੁਛ, ਜਾ ਕੇ ਦੇਖ